ਜਿਹੜਾ ਇਸ਼ੂ ਸੀਗੇ ਉਹ ਇਹ ਸੀਗੇ ਕਿ ਅਗਰ ਆਮ ਆਦਮੀ ਪਾਰਟੀ ਨੇ ਇਕੱਠੇ ਹੋਣਾ ਸੁਲਾ ਤਾਂ ਉਹ ਬਠਿੰਡੇ ਦੇ ਰੈਜ਼ੋਲਿਊਸ਼ਨ ਦੇ ਆਧਾਰ ਤੇ ਹੋਵੇਗਾ ਤੇ ਉਹਦੇ ਚ ਦੋ ਪ੍ਰਮੁੱਖ ਰੈਜ਼ੋਲਿਊਸ਼ਨ ਸੀਗੇ ਕਿ ਇੱਕ ਕੰਪਲੀਟ ਆਟੋਨੋਮੀ ਟੂ ਪੰਜਾਬ ਯੂਨਿਟ ਔਰ ਦੂਸਰਾ ਕਿ ਜਿਹੜਾ ਇਹ ਢਾਂਚਾ ਇਸ ਵਕਤ ਡਿਫੰਕਟ ਹੈ, ਜਿਹੜੇ ਢਾਂਚੇ ਨੂੰ ਸਿਰਫ 1900 ਵੋਟ ਪਈ ਆ ਸ਼ਾਹਕੋਟ ਦੀ ਜ਼ਿਮਨੀ ਚੋਣ 'ਚ, ਇਹ ਢਾਂਚਾ ਭੰਗ ਕਰਕੇ ਨਵੇਂ ਸਿਰੇ ਦੇ ਉੱਤੋਂ ਢਾਂਚਾ ਬਣਾਇਆ ਜਾਵੇਗਾ। ਔਰ ਬਾਹਰ ਆਣ ਕੇ ਕੁਛ MLA ਜ਼ਿੰਮੇਵਾਰ ਵਿਅਕਤੀਆਂ ਨੇ ਕਹਿ ਦਿੱਤਾ ਕਿ ਉੱਥੇ ਸ਼ਰਤ ਜਿਹੜੀ ਸੀਗੀ ਉਹ ਸੁਖਪਾਲ ਸਿੰਘ ਖਹਿਰੇ ਨੂੰ ਪ੍ਰਧਾਨਗੀ ਦੇਣ ਵਾਸਤੇ ਸ਼ਰਤ ਰੱਖੀ ਗਈ ਸੀ, ਜਿਹੜਾ ਕਿ ਸਰਾਸਰ ਝੂਠੀ ਗੱਲ ਹੈ। ਔਰ ਮੈਂ ਇਸ ਲਈ ਟਵੀਟ ਕੀਤਾ ਕਿ ਕੋਈ ਵੀ ਆਦਮੀ ਇੰਨਾ ਮੂਰਖ ਨਹੀਂ ਗਾ ਕਿ 1900 ਵੋਟ ਜਿਹੜੀ ਪੈਂਦੀ ਪਾਰਟੀ ਨੂੰ, ਜਿਹਦਾ ਅੱਜ ਦੇ ਡੇਟ ਵਿੱਚ ਉਹਨਾਂ ਦਾ ਬਿਲਕੁਲ ਸਿਆਸੀ ਗ੍ਰਾਫ ਬਿਲਕੁਲ ਮਿਟਿਆ ਹੋਇਆ, ਉਹਦੀ ਪ੍ਰਧਾਨਗੀ ਕੌਣ ਮੰਗੂਗਾ। ਹਾਂ, ਗੱਲ ਇਹ ਹੋਈ ਸੀਗੀ ਕਿ ਅੰਦਰ ਜਦੋਂ ਮੀਟਿੰਗ ਚੱਲ ਰਹੀ ਸੀਗੀ ਤਾਂ ਉਹਦੇ 'ਚ ਇਸ਼ੂ ਉੱਠਿਆ ਕਿ ਢਾਂਚਾ ਭੰਗ ਹੋ ਕੇ ਅਤੇ ਨਵੇਂ ਸਿਰੇ ਤੋਂ ਪ੍ਰਧਾਨ ਨਿਯੁਕਤ ਹੋਊਗਾ, ਨਵੇਂ ਸਿਰੇ ਤੋਂ ਲੀਡਰ ਆਫ ਆਪੋਜੀਸ਼ਨ ਨਿਯੁਕਤ ਹੋਊਗਾ। ਤਾਂ ਉਹਦੇ ਵਿੱਚ ਇੱਕ ਮੈਂਬਰ ਜਿਹੜੇ ਸੀਗੇ ਪਰਮਜੀਤ ਸਿੰਘ ਸਚਦੇਵਾ, ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਕਿ ਅੱਜ ਸਾਰੇ ਵਿਸ਼ਵ ਦੇ ਵਿੱਚ ਇੱਕ ਪਬਲਿਕ ਓਪੀਨੀਅਨ ਬਿਲਡ ਹੋਇਆ ਵਾ ਕਿ ਅਗਰ ਆਮ ਆਦਮੀ ਪਾਰਟੀ ਦੀ ਰੀਸਟਰਕਚਰਿੰਗ ਹੋਵੇ ਤਾਂ ਉਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਲੋਕ ਚਾਹੁੰਦੇ ਨੇ। ਸ਼ਰਤ ਨਹੀਂ ਸੀ, ਸੁਝਾਓ ਸੀਗਾ। ਉਹ ਸੁਝਾਓ ਨੂੰ ਬਾਹਰ ਸ਼ਰਤ ਵਜੋਂ ਪੇਸ਼ ਕੀਤਾ ਗਿਆ ਤਾਂ ਕਿ ਸਾਡੀ ਇਮੇਜ ਨੂੰ ਐਂ ਪੇਸ਼ ਕੀਤਾ ਜਾਵੇ ਕਿ ਖਰੇ ਪ੍ਰਧਾਨਗੀਆਂ ਦੇ ਭੁੱਖੇ ਨੇ। ਤਾਂ ਮੈਂ ਟਵੀਟ ਕਰਨਾ ਪਿਆ ਕਿ ਤੁਹਾਡੀ ਬੜੀ ਮਿਹਰਬਾਨੀ, ਅਸੀਂ 1900 ਵੋਟ ਵਾਲੀ ਪਾਰਟੀ ਦਾ ਪ੍ਰਧਾਨ ਮੈਂ ਨਹੀਂ ਬਣਨਾ ਚਾਹੁੰਦਾ।